ਜਦੋਂ ਮੇਰਾ ਜਨਮ ਹੋਇਆ ਸੀਗਾ ਤਾਂ ਕਿਸੇ ਬੜੇ ਹੀ ਖਾਸ ਸਾਡੇ ਰਿਸ਼ਤੇਦਾਰ 'ਚੋਂ ਕਿਸੇ ਨੇ ਕਿਹਾ ਕਿ ਰੱਬ ਜਿਹੜਾ ਹੈ ਪੱਥਰ ਹੀ ਪੱਥਰ ਸਿੱਟ ਰਿਹਾ ਹੈ। ਸੋ ਇੰਨੇ ਸਾਲਾਂ ਬਾਅਦ ਜਦੋਂ ਮੈਂ ਇੱਕ ਮੌਤ ਮੁਕਾਮ ਹਾਸਲ ਕੀਤਾ ਜਾਂ ਕਾਮਯਾਬੀਆਂ ਹਾਸਲ ਕੀਤੀਆਂ ਤਾਂ ਮੇਰੇ ਫਾਦਰ ਕਹਿੰਦੇ ਵੀ ਉਹ ਪੱਥਰ ਅੱਜ ਸਾਡਾ ਹੀਰਾ ਬਣ ਗਿਆ। ਵਿਕਿਆ ਹੋਇਆ ਅਫਸਰ, ਡਰਿਆ ਹੋਇਆ ਪੱਤਰਕਾਰ ਤੇ ਮੁਰਦਾ ਆਵਾਮ ਲੋਕਤੰਤਰ ਵਾਸਤੇ ਹਮੇਸ਼ਾ ਹੀ ਘਾਤਕ ਸਾਬਿਤ ਹੁੰਦੇ ਨੇ। ਆਫਿਸਰ ਜਦੋਂ ਇਮਾਨਦਾਰ ਹੁੰਦਾ ਹੈ ਤਾਂ ਉਹ ਸਮਾਜ ਦੀ ਨੁਹਾਰ ਤਾਂ ਬਦਲਦਾ ਹੀ ਹੈ, ਪਰ ਕਿਤੇ ਨਾ ਕਿਤੇ ਉਸ ਸਿਸਟਮ ਦੀਆਂ ਅੱਖਾਂ ਦੇ ਵਿੱਚ ਵੀ ਰੜਕਦਾ ਹੈ। ਪਰ ਲੇਕਿਨ ਸੂਰਜ ਵਾਂਗ ਜੋ ਚਮਕਦੇ ਨੇ ਉਹ ਸੂਰਜ ਵਾਂਗ ਤਪਦੇ ਵੀ ਤਾਂ ਹਨ। ਹਰ ਇੱਕ ਨਵਾਂ ਦਿਨ ਬੇਸ਼ੱਕ ਉਹਨਾਂ ਵਾਸਤੇ ਚੁਣੌਤੀ ਭਰਿਆ ਹੁੰਦਾ ਹੈ, ਪਰ ਜਦੋਂ ਤੁਹਾਡਾ ਗੋਲ ਸੈੱਟ ਹੈ ਤਾਂ ਤੁਸੀਂ ਨਿਸ਼ਾਨਾ ਹਮੇਸ਼ਾ ਸਟੀਕ ਲਗਾਉਂਦੇ ਹੋ। ਖੁਸ਼ਾਮਦੀਦ ਦਾ ਮਿਊਟ ਦੇਖ ਰਹੇ ਹੋ ਤੁਸੀਂ, ਮੈਂ ਗੁਰਨੀਤ ਹਾਂ ਤੁਹਾਡੇ ਨਾਲ। ਬੀਬੀ ਸਟੋਰੀ ਦੇ ਇਸ ਐਪੀਸੋਡ ਵਿੱਚ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ। ਅ ਵੈਲ ਰਿਨਾਊਂਡ ਆਫਿਸਰ ਐਂਡ ਯੈਸ ਓਲੰਪੀਅਨ ਅਵਨੀਤ ਸਿੱਧੂ ਨਾਲ ਆਓ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ। ਓਲੰਪੀਅਨ ਅਵਨੀਤ ਸਿੱਧੂ, SSP ਮਲੇਰਕੋਟਲਾ। ਓਲੰਪਿਕਸ ਵਿੱਚ ਪਹੁੰਚਣਾ ਕੋਈ ਆਮ ਗੱਲ ਤਾਂ ਨਹੀਂ ਹੈ, ਦੇਸ਼ ਨੂੰ ਰਿਪ੍ਰੈਜ਼ੈਂਟ ਕਰਨਾ ਕੋਈ ਸਧਾਰਨ ਗੱਲ ਕਿੱਥੇ ਹੈ ਭਲਾ। ਅਗਰ ਮੈਂ ਸ਼ੂਟਿੰਗ ਆਪਣੇ ਕਰੀਅਰ ਦੀ ਗੱਲ ਕਰਾਂ ਕਿ ਉਸਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ, ਤਾਂ ਆਈ ਥਿੰਕ ਇਹਦਾ ਜਿਹੜਾ ਟਰਨਿੰਗ ਪੁਆਇੰਟ ਸੀਗਾ ਉਹ ਜਦੋਂ ਮੈਂ ਦਸਮੇਸ਼ ਗਰਲਸ ਕਾਲਜ ਬਾਦਲ ਵਿੱਚ ਐਡਮਿਸ਼ਨ ਲਈ ਤਾਂ ਮੈਂ ਉਸਨੂੰ ਸਮਝਦੀ ਹਾਂ, ਕਿਉਂਕਿ ਉਸ ਤੋਂ ਪਹਿਲਾਂ ਸਪੋਰਟਸ ਵਿੱਚ ਮੇਰਾ ਬਹੁਤ ਹੀ ਘੱਟ ਇੰਟਰਸਟ ਸੀਗਾ। ਮੈਂ ਸਿਰਫ ਇੱਕ ਬਹੁਤ ਹੀ ਸਟੂਡੀਅਸ ਅਤੇ ਪੜ੍ਹਾਕੂ ਲੜਕੀ ਸੀਗੀ ਜਿਸ ਦਾ ਸਾਰਾ ਧਿਆਨ ਸਿਰਫ ਅਕੈਡਮਿਕਸ ਵਿੱਚ ਹੁੰਦਾ ਸੀਗਾ। ਪਰ ਜਦੋਂ ਮੈਂ ਬਾਦਲ ਕਾਲਜ ਵਿੱਚ ਐਡਮਿਸ਼ਨ ਲਈ ਤਾਂ ਉਦੋਂ CM ਸਾਹਿਬ ਸੀਗੇ ਆਪਣੇ ਪ੍ਰਕਾਸ਼ ਸਿੰਘ ਬਾਦਲ, ਅਤੇ ਉਹਨਾਂ ਨੇ ਉਹ ਕਾਲਜ ਵਿੱਚ ਸ਼ੂਟਿੰਗ ਸਪੋਰਟ ਲੈ ਕੇ ਆਉਂਦੀ, ਕਿਉਂਕਿ ਉਹਨਾਂ ਦਾ ਵਿਜ਼ਨ ਸੀਗਾ ਕਿ ਲੜਕੀਆਂ ਨੂੰ ਬੈਸਟ ਇੰਫਰਾਸਟ੍ਰਕਚਰ ਦਿੱਤਾ ਜਾਏ ਤਾਂ ਕਿ ਪਿੰਡ ਦੇ ਇਲਾਕੇ ਵਿੱਚ ਲੜਕੀਆਂ ਨੂੰ ਕਿਵੇਂ ਅੱਗੇ ਲੈ ਕੇ ਜਾਣਾ। ਸੋ ਉੱਥੇ ਹੀ ਮੈਂ ਆਪਣਾ ਸ਼ੂਟਿੰਗ ਕਰੀਅਰ ਦੀ ਜਿਹੜੀ ਹੈਗੀ ਹੈ ਸ਼ੁਰੂਆਤ ਕੀਤੀ, ਔਰ ਆਈ ਥਿੰਕ ਮੈਂ ਇਸਨੂੰ ਆਪਣਾ ਜ਼ਿੰਦਗੀ ਦਾ ਇੱਕ ਟਰਨਿੰਗ ਪੁਆਇੰਟ ਮੰਨਦੀ ਹਾਂ, ਬਿਕੋਜ਼ ਇੱਕ ਆਮ ਲੜਕੇ ਦੀ ਤਰ੍ਹਾਂ, ਇੱਕ ਆਮ ਬੱਚੇ ਦੀ ਤਰ੍ਹਾਂ ਮੈਂ ਵੀ ਆਪਣੇ ਜਗ੍ਹਾ ਤੋਂ ਬਾਹਰ ਜਾ ਕੇ ਕਿਸੇ ਹੋਰ ਯੂਨੀਵਰਸਿਟੀ 'ਚ ਪੜ੍ਹਨਾ ਚਾਹੁੰਦੀ ਸੀਗੀ, ਪਰ ਕਿਸਮਤ ਮੈਨੂੰ ਉੱਥੇ ਬਾਦਲ ਲੈ ਗਈ ਜਿਸਨੇ ਕਿ ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਪੋਜ਼ਿਟਿਵ ਅਤੇ ਅੱਛੀਆਂ ਚੇਂਜਿਸ ਲਾਈਆਂ, ਜਿਨ੍ਹਾਂ ਦੀ ਬਦੌਲਤ ਅੱਜ ਮੈਂ ਇੱਥੇ ਬੈਠੀ ਹਾਂ। ਅਵਨੀਤ ਆਪਣੇ IAS ਰਿਸ਼ਤੇਦਾਰ ਤੋਂ ਪ੍ਰਭਾਵਿਤ ਸਨ, ਅੰਦਰ ਚਾਹਣਾ ਸੀ ਕਿ ਕੁਝ ਬਣਨਾ ਹੈ ਤਾਂ ਅਜਿਹਾ। ਕੰਪੀਟੀਸ਼ਨ ਸਕਸੈਸ ਰਿਵਿਊ ਮੈਗਜ਼ੀਨ ਅਕਸਰ ਪੜ੍ਹਿਆ ਕਰਦੇ ਸਨ, ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਇੰਟਰਵਿਊ ਵੀ ਕਦੇ ਇੱਦਾਂ ਹੀ ਪਬਲਿਸ਼ ਹੋਏਗੀ, ਪਰ ਸਪੋਰਟਸ ਨਾਲ ਦੂਰ ਦੂਰ ਤੱਕ ਕੋਈ ਨਾਤਾ ਨਹੀਂ ਸੀ। ਫਸਟ ਕੰਪੀਟੀਸ਼ਨ ਵੈਸਟ ਬੰਗਾਲ ਹੋਇਆ, ਜਿੱਥੇ ਉਹਨਾਂ ਨੈਸ਼ਨਲ ਲਈ ਕੁਆਲੀਫਾਈ ਕੀਤਾ। ਪਹਿਲਾ ਨੈਸ਼ਨਲ ਇੰਦੌਰ ਸੀ, ਪੂਰੇ ਭਾਰਤ 'ਚੋਂ ਅਵਨੀਤ ਦਾ 11th ਰੈਂਕ ਆਇਆ। ਇਸ ਤੋਂ ਬਾਅਦ ਸ਼ੂਟਿੰਗ ਨੂੰ ਅਵਨੀਤ ਨੇ ਸੀਰੀਅਸਲੀ ਲੈਣਾ ਸ਼ੁਰੂ ਕਰ ਦਿੱਤਾ, ਸ਼ੂਟਿੰਗ 'ਤੇ ਕੰਸਨਟ੍ਰੇਟ ਕਰਨਾ ਸ਼ੁਰੂ ਕੀਤਾ, ਫੋਕਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ, ਇਸ ਬਾਰੇ ਪੜ੍ਹਨਾ ਵੀ ਸ਼ੁਰੂ ਕੀਤਾ। ਸ਼ੂਟਿੰਗ ਕੀ ਹੈ? ਐਵਰੀ ਟਾਈਮ ਯੂ ਹੈਵ ਟੂ ਹਿੱਟ ਬੁਲਸ ਆਏ। ਆਪਣੀ ਡੇਲੀ ਡਾਇਰੀ ਮੇਨਟੇਨ ਕਰਨੀ ਸ਼ੁਰੂ ਕੀਤੀ, ਡੇਲੀ ਥਾਟਸ ਲਿਖਣੇ ਸ਼ੁਰੂ ਕੀਤੇ ਤਾਂ ਕਿ ਨਿਸ਼ਾਨੇ ਤੋਂ ਨਾ ਭਟਕ ਜਾਣ, ਇਸ ਕਰਕੇ ਦੀਵਾਰਾਂ ਤੇ ਆਪਣੇ ਨਿਸ਼ਾਨੇ ਦੇ ਪੋਸਟਰ ਚਿਪਕਾ ਦਿੱਤੇ। 2005 ਵਿੱਚ ਜਦੋਂ ਮੇਰੀ ਐਂਟਰੀ ਇੰਡੀਅਨ ਸ਼ੂਟਿੰਗ ਟੀਮ ਦੇ ਵਿੱਚ ਹੁੰਦੀ ਹੈ ਤਾਂ ਉੱਥੇ ਮੇਰੀ ਮੁਲਾਕਾਤ ਸਾਡੇ ਜੋ ਇੰਡੀਅਨ ਟੀਮ ਦੇ ਕੋਚ ਸੀਗੇ ਮਿਸਟਰ ਲਾਜ਼ਲੋ ਸੁਜ਼ੈਕ, ਉਹਨਾਂ ਨਾਲ ਹੋਈ। ਸੋ ਇੱਕ ਦੁਨੀਆਂ ਦੇ ਬਿਹਤਰੀਨ ਕੋਚ ਹੋਣ ਦੇ ਨਾਲ ਨਾਲ ਇੱਕ ਬਿਹਤਰੀਨ ਇਨਸਾਨ ਵੀ ਸੀਗੇ। ਸੋ ਜੋ ਸ਼ੂਟਿੰਗ ਦੇ ਟੈਕਨੀਕਲ ਸਕਿੱਲਸ ਹੈਗੇ ਹੈ
ਉਹਨਾਂ ਦੀ ਨੌਲੇਜ ਤਾਂ ਅਸੀਂ ਉਹਨਾਂ ਤੋਂ ਲਈ ਲਈ ਪਰ ਉਸ ਦੇ ਨਾਲ ਨਾਲ ਇੱਕ ਜੋ ਮੈਂਟਲ ਸਪੋਰਟ ਹੈਗੀ ਹੈ ਸ਼ੂਟਿੰਗ ਦੀ ਉਸ ਦੇ ਲਈ ਮੈਂਟਲ ਸਟਰੈਂਥ ਜੋ ਚਾਹੀਦੀ ਹੈ ਉਹ ਵੀ ਸਾਡੇ ਕੋਚ ਨੇ ਜਾਂ ਮੇਰੇ ਕੋਚ ਨੇ ਉਹਦੇ ਵਿੱਚ ਮੇਰੀ ਬਹੁਤ ਹੈਲਪ ਕੀਤੀ। ਮੈਂ ਉਹਨਾਂ ਨੂੰ ਹਰ ਸਿਚੁਏਸ਼ਨ ਵਿੱਚ ਹੱਸਦੇ ਹੋਏ ਦੇਖਿਆ ਕਿਉਂਕਿ ਕੋਈ ਵੀ ਵੱਡਾ ਮੈਚ ਵੀ ਹੈਗਾ ਅਗਰ ਤੁਸੀਂ ਇੰਡੀਆ ਨੂੰ ਰੈਪ੍ਰਜੈਂਟ ਕਰ ਰਹੇ ਹੋ ਔਰ ਤੁਸੀਂ ਇਕਲੌਤੇ ਇੰਡੀਆ ਦੇ ਸ਼ੂਟਰ ਹੋ ਜੋ ਉੱਥੇ ਪਹੁੰਚੇ ਹੋ ਤਾਂ ਤੁਹਾਡੇ 'ਤੇ ਬਹੁਤ ਸਾਰਾ ਪ੍ਰੈਸ਼ਰ ਹੁੰਦਾ ਕਿ ਤੁਸੀਂ ਪਰਫੋਰਮ ਕਰਨਾ। ਪਰ ਮੈਚ ਤੋਂ ਇੱਕ ਦਿਨ ਪਹਿਲਾਂ ਵੀ ਮੈਂ ਆਪਣੇ ਕੋਚ ਨੂੰ ਬੜੇ ਹੀ ਕਾਮ ਤਰੀਕੇ ਨਾਲ ਬੜੇ ਹੀ ਸਮਾਈਲਿੰਗ ਫੇਸ ਨਾਲ ਹਮੇਸ਼ਾ ਸਾਨੂੰ ਇਹ ਕਹਿੰਦੇ ਦੇਖਿਆ ਹੈਗਾ ਕਿ ਹਮੇਸ਼ਾ ਆਪਣੇ ਟੈਕਨੀਕ 'ਤੇ ਫੋਕਸ ਕਰੋ ਔਰ ਅੱਛਾ ਸੋਚੋ ਪੋਜ਼ਿਟਿਵ ਸੋਚੋ। ਐਂਡ ਆਈ ਥਿੰਕ ਕਿਤੇ ਨਾ ਕਿਤੇ ਜੋ ਇਨਸਾਨ ਦੇ ਅੰਦਰ ਦੀਆਂ ਪੋਜ਼ਿਟਿਵ ਕੁਆਲਿਟੀਜ਼ ਹੁੰਦੀਆਂ ਉਹ ਉਸਨੂੰ ਸਪੋਰਟਸ ਵਿੱਚ ਵੀ ਹੈਲਪ ਕਰਦੀਆਂ। ਸੋ ਇੱਕ ਪੋਜ਼ਿਟਿਵ ਫਰੇਮ ਆਫ ਮਾਈਂਡ ਨਾਲ ਵੀ ਜਿਹੜਾ ਹੈਗਾ ਮੇਰੇ ਕੋਚ ਨੇ ਮੈਨੂੰ ਕੰਮ ਕਰਨਾ ਸਿਖਾਇਆ ਔਰ ਹਰ ਸਿਚੁਏਸ਼ਨ ਵਿੱਚ ਕਾਮ ਰਹਿਣਾ ਇਹ ਖੂਬੀਆਂ ਜੋ ਮੈਂ ਉਹਨਾਂ ਤੋਂ ਹਾਸਲ ਕੀਤੀਆਂ। 2005 ਦੇ ਐਂਡ 'ਚ ਕਾਮਨਵੈਲਥ ਗੇਮਸ ਤੇ ਫਿਰ ਵਰਲਡ ਕੱਪ ਵਿੱਚ ਸਿਲੈਕਸ਼ਨ, ਸਕੋਰ ਸੀ 400 out of 400 ਤੇ ਆਖਿਰਕਾਰ ਓਲੰਪਿਕਸ ਵਿੱਚ ਸਿਲੈਕਸ਼ਨ ਹੋ ਗਈ ਜੋ ਕਿ ਕਿਸੇ ਵੀ ਸਪੋਰਟਸ ਪਰਸਨ ਦਾ ਡ੍ਰੀਮ ਹੁੰਦਾ ਹੈ। ਅਵਨੀਤ ਹਮੇਸ਼ਾ ਆਪਣੇ ਕੰਮ ਵਿੱਚ ਓਨੈਸਟ ਰਹੇ, ਲੋਕ ਇੱਕ ਅਫਸਰ ਵਜੋਂ ਉਹਨਾਂ ਦੀ ਨਿਹਾਇਤੀ ਇੱਜ਼ਤ ਕਰਦੇ ਹਨ। ਸ਼ੂਟਿੰਗ ਸਪੋਰਟ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਇੱਕ ਪ੍ਰਿਸਾਈਜ਼ ਸਪੋਰਟ ਹੈਗੀ ਹੈ ਜਿਹਦੇ ਵਿੱਚ ਕਿ ਬਹੁਤ ਮਾਈਨਿਊਟ ਬਹੁਤ ਬਰੀਕੀ ਦੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਇਨਵੋਲਵ ਹੁੰਦੀ ਹੈ। ਅਗਰ ਆਪਾਂ ਔਨ ਦਾ ਸਰਫਿਸ ਦੇਖੀਏ ਤਾਂ ਬਹੁਤ ਈਜ਼ੀ ਲੱਗਦਾ ਹੈਗਾ ਪਰ ਜਦੋਂ ਆਪਾਂ ਇਹਦੇ ਇੰਟ੍ਰੀਕਸੀਜ਼ ਦੇਖਦੇ ਹਾਂ ਤਾਂ ਸ਼ੂਟਿੰਗ ਦੇ ਸਮੇਂ ਵਿੱਚ ਜਿਹੜਾ ਸ਼ੂਟਿੰਗ ਪੋਜੀਸ਼ਨ ਵਿੱਚ ਜੋ ਸਾਡੀ ਬਰੀਦਿੰਗ ਹੁੰਦੀ ਹੈ ਸਾਡੀ ਪਲਸ ਹੁੰਦੀ ਹੈ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਇੱਕ ਵੀ ਸਾਹ ਅਗਰ ਤੁਹਾਨੂੰ ਇੱਧਰ ਉੱਧਰ ਆ ਗਿਆ ਕਿਉਂਕਿ ਜੋ ਬਰੀਦਿੰਗ ਦੀ ਕੋਆਰਡੀਨੇਸ਼ਨ ਹੈ ਉਹ ਸਾਡੇ ਟ੍ਰਿਗਰ ਦੀ ਫਿੰਗਰ ਨਾਲ ਰਿਲੇਟਡ ਹੁੰਦੀ ਹੈ। ਸੋ ਇੱਕ ਵੀ ਸਾਹ ਅਗਰ ਅਸੀਂ ਇੱਧਰ ਉੱਧਰ ਲੈ ਲਿਆ ਜਾਂ ਕੋਈ ਵੀ ਥੋਟ ਸਾਨੂੰ ਡਿਸਟਰਬ ਕਰ ਗਈ ਜਿਹਦੇ ਨਾਲ ਸਾਡੀ ਬਰੀਦਿੰਗ 'ਤੇ ਇਫੈਕਟ ਹੋ ਗਿਆ ਤਾਂ ਜਿਹੜਾ ਸਾਡਾ ਸ਼ੋਟ ਹੈਗਾ ਮਿਸ ਹੋ ਜਾਂਦਾ ਹੈ। ਸੋ ਬਹੁਤ ਹੀ ਬਾਰੀਕੀ ਦੀ ਸਪੋਰਟ ਹੈ ਜਿਹਦੇ ਵਿੱਚ ਤੁਹਾਨੂੰ ਆਪਣੀ ਬੋਡੀ ਦੀ ਇਕੱਲੀ ਇਕੱਲੀ ਮਸਲ ਦੀ ਅਵੇਅਰਨੈਸ ਹੁੰਦੀ ਹੈ, ਆਪਣੀ ਬਰੀਦਿੰਗ ਲਈ ਤੁਸੀਂ ਅਵੇਅਰ ਹੋ ਔਰ ਕੀ ਥੋਟਸ ਤੁਹਾਡੇ 'ਚ ਆ ਰਹੀਆਂ। ਅਗਰ ਇਹ ਸਾਰੀਆਂ ਚੀਜ਼ਾਂ ਕੋਆਰਡੀਨੇਸ਼ਨ ਵਿੱਚ ਕੰਮ ਕਰਦੀਆਂ ਤਾਂ ਫਿਰ ਹੀ ਤੁਸੀਂ ਜਿਹੜਾ ਹੈਗਾ ਇੱਕ ਅੱਛਾ ਰਿਜ਼ਲਟ ਪਾ ਸਕਦੇ ਹੋ। ਕਿਸੇ ਵੀ ਸਪੋਰਟਸ ਪਰਸਨ ਦੀ ਜ਼ਿੰਦਗੀ ਵਿੱਚ ਓਲੰਪਿਕ ਗੇਮਸ ਉਹ ਮੁਕਾਮ ਹੈ ਜਿਸ ਤੋਂ ਸੁਪਨਾ ਦੇਖਦਾ ਹੈ ਔਰ ਜਿਸ ਦੇ ਲਈ ਸਾਲਾਂ ਮਿਹਨਤ ਕਰਦਾ ਹੈ ਔਰ ਉਹ ਜਿਹੜਾ ਮੁਕਾਮ ਹੈ ਜਾਂ ਜੋ ਸਟੇਜ ਉਹ 4 ਸਾਲ ਬਾਅਦ ਆਉਂਦੀ ਹੈ ਹਰ ਐਥਲੀਟ ਦੀ ਲਾਈਫ ਵਿੱਚ ਔਰ ਉੱਥੇ ਜਦੋਂ ਤੁਸੀਂ ਪਹੁੰਚ ਕੇ ਇੰਨੀ ਮਿਹਨਤ ਕਰਕੇ ਬੜੇ ਵੱਡੇ ਚੈਲੰਜਸ 'ਚੋਂ ਗੁਜ਼ਰ ਕੇ ਉੱਥੇ ਪਹੁੰਚਦੇ ਹੋ ਅਤੇ ਉਸ ਦਿਨ ਤੁਹਾਡਾ ਕੁਛ ਮਿਸ ਹੋ ਜਾਂਦਾ ਤਾਂ ਆਈ ਥਿੰਕ ਉਸ ਦਾ ਦੁੱਖ ਤੁਹਾਨੂੰ ਜ਼ਿੰਦਗੀ ਭਰ ਰਹਿੰਦਾ ਹੈਗਾ। ਸੋ ਐਵੇਂ ਹੀ ਇੱਕ ਮੂਮੈਂਟ ਮੇਰੀ ਵੀ ਲਾਈਫ ਵਿੱਚ ਆਇਆ 2008 ਵਿੱਚ ਜਦੋਂ ਮੈਂ ਬੀਜਿੰਗ ਓਲੰਪਿਕ ਗੇਮਸ ਵਿੱਚ ਇੰਡੀਆ ਨੂੰ ਰੈਪ੍ਰਜੈਂਟ ਕੀਤਾ ਤਾਂ ਮੇਰੇ ਮੈਚ ਦੀ ਸ਼ੁਰੂਆਤ ਕਾਫੀ ਅੱਛੀ ਹੋਈ ਪਰ 24 ਸ਼ਾਟਸ ਬਾਅਦ ਅਗਰ ਗੱਲ ਕਰੀਏ 40 ਸ਼ਾਟਸ ਦਾ ਮੈਚ ਹੁੰਦਾ ਸੀ ਉਸ ਟਾਈਮ 'ਤੇ ਔਰ 24 ਸ਼ਾਟਸ ਬਾਅਦ ਇੱਕ ਛੋਟੀ ਜਿਹੀ ਥੋਟ ਮੇਰੇ ਦਿਮਾਗ 'ਚ ਆਉਂਦੀ ਹੈ ਕਿ ਹੁਣ 16 ਸ਼ਾਟਸ ਰਹਿ ਗਏ ਔਰ ਹੁਣ ਤੂੰ ਖਰਾਬ ਨਹੀਂ ਕਰਨਾ। ਸੋ ਸਿਰਫ ਉਸ ਥੋਟ ਨੇ ਮੇਰਾ ਫੋਕਸ ਮੇਰੇ ਪ੍ਰੋਸੈਸ ਤੋਂ ਹਟਾ ਕੇ ਇੱਕ ਸਕੋਰ ਵੱਲ ਕਰਤਾ ਤਾਂ ਜਿਸ ਤੋਂ ਬਾਅਦ ਕਿ ਮੇਰੇ ਸ਼ਾਟਸ ਖਰਾਬ ਹੋਣ ਲੱਗ ਗਏ ਔਰ ਜੋ ਮੇਰਾ ਫਾਈਨਲ ਜਾਂ ਕਹਿ ਸਕਦੇ ਹੋ ਓਲੰਪਿਕ ਗੇਮਸ ਤੋਂ ਆਪਾਂ ਕਹਿ ਸਕਦੇ ਇੱਕ ਤਰ੍ਹਾਂ ਬਾਹਰ ਹੋ ਜਾਂਦੇ ਹੋ ਤੁਸੀਂ ਉਸ ਮੈਡਲ ਰੇਸ 'ਚੋਂ ਬਾਹਰ ਹੋ ਜਾਂਦੇ ਹੋ। ਸੋ ਆਈ ਥਿੰਕ ਇਹ ਉਹ ਚੀਜ਼ ਹੈ ਜਾਂ ਇਹ ਉਹ ਇੱਕ ਮਿਨਟ ਦੀ ਜੋ ਥੋਟ ਹੈ ਆਈ ਥਿੰਕ ਮੈਂ ਸਾਰੀ ਉਮਰ ਰਿਗਰੈਟ ਕਰੂੰਗੀ ਬਟ ਫਿਰ ਵੀ ਓਲੰਪਿਕ ਗੇਮਸ ਤੋਂ ਮੈਨੂੰ ਬਹੁਤ ਅੱਛਾ ਐਕਸਪੀਰੀਅੰਸ ਮਿਲਿਆ ਜੋ ਕਿ ਮੇਰੀ ਜ਼ਿੰਦਗੀ ਦਾ ਯਾਦਗਾਰ ਐਕਸਪੀਰੀਅੰਸ ਰਿਹਾ। ਮੇਰੀ ਮਦਰ ਨੇ ਜਿਸ ਤਰ੍ਹਾਂ ਮੈਨੂੰ ਖੜਾ ਕੀਤਾ ਹੈ, ਜਿਹੜੇ ਸੈਕਰੀਫਾਈਸਿਸ ਉਹਨਾਂ ਨੇ ਕੀਤੇ ਹੈ ਜਾਂ ਜਿਸ ਪੈਸ਼ਨ ਨਾਲ ਉਹਨਾਂ ਨੇ ਆਪਣੀ ਬੇਟੀ ਨੂੰ ਅੱਛੀਆਂ ਵੈਲਿਊਜ਼ ਦਿੱਤੀਆਂ, ਇੱਕ ਐਵੇਂ ਦੇ ਸਮਾਜ ਵਿੱਚ ਉਹਨਾਂ ਨੇ ਆਪਣੀ ਬੇਟੀ ਨੂੰ ਆਈ ਥਿੰਕ ਇੱਕ ਇੰਡੀਪੈਂਡੈਂਟ ਔਰਤ ਬਣਨਾ, ਆਪਣੇ ਓਪੀਨੀਅਨਸ ਨੂੰ ਕਿਸ ਤਰ੍ਹਾਂ ਇੱਕ ਪੋਲਾਈਟ ਤਰੀਕੇ ਨਾਲ ਸਭ ਦੇ ਸਾਹਮਣੇ ਰੱਖਣਾ ਸਿਖਾਇਆ, ਆਈ ਥਿੰਕ ਮਤਲਬ ਬਹੁਤ ਹੀ ਜ਼ਿਆਦਾ ਵੱਡਾ ਰੋਲ ਹੈ ਮੇਰੇ ਮਦਰ ਦਾ ਮੇਰੇ ਕਰੀਅਰ ਵਿੱਚ ਔਰ ਜਿੱਥੇ ਵੀ ਅੱਜ ਮੈਂ ਜਿਸ ਮੁਕਾਮ 'ਤੇ ਵੀ ਖੜੀ ਹਾਂ, ਚਾਹੇ ਉਹ ਮੇਰੇ ਫਾਦਰ ਹੈ ਚਾਹੇ ਮੇਰੇ ਮਦਰ ਹੈ, ਉਹਨਾਂ ਦੀਆਂ ਦਿੱਤੀਆਂ ਹੋਈਆਂ ਵੈਲਿਊਜ਼ ਇੰਟੈਗ੍ਰਿਟੀ, ਓਨੈਸਟੀ, ਹਾਰਡ ਵਰਕ, ਸੈਕਰੀਫਾਈਸ, ਪੈਸ਼ਨ, ਇਹ ਹਰ ਚੀਜ਼ ਜਿਹੜੀਆਂ ਹੈਗੀਆਂ ਵੈਲਿਊਜ਼ ਮਤਲਬ ਮੈਂ ਆਪਣੇ ਮਾਂ ਤੋਂ ਅਪਣਾਈਆਂ ਹੈਗੀਆਂ ਔਰ ਸ਼ਾਇਦ ਮੈਂ ਉਹਨਾਂ ਦੀ ਤਰ੍ਹਾਂ ਇੰਨੀ ਗ੍ਰੇਟ ਤਾਂ ਨਹੀਂ ਹੋ ਸਕਦੀ ਪਰ ਆਈ ਥਿੰਕ ਜੋ ਲੈਗਸੀ ਉਹ ਪਿੱਛੇ ਛੱਡ ਕੇ ਗਏ ਆ ਮੇਰੇ ਲਈ, ਹਮੇਸ਼ਾ ਮੇਰੀ ਕੋਸ਼ਿਸ਼ ਹੈ ਕਿ ਮੈਂ ਉਸਨੂੰ ਕੰਟੀਨਿਊ ਰੱਖਾਂ ਔਰ ਜਿੱਥੇ ਵੀ ਉਹ ਹੈ ਅੱਜ ਮਤਲਬ ਉਹ ਮੇਰੇ 'ਤੇ ਮਾਣ ਮਹਿਸੂਸ ਕਰਨ।
ਸੋ ਜ਼ਰੂਰੀ ਹੈਗਾ ਕਿ ਲੜਕੀਆਂ ਨੂੰ ਉਹਨਾਂ ਦਾ ਮਾਨ ਸਤਿਕਾਰ ਦਿੱਤਾ ਜਾਏ ਔਰ ਮੈਂ ਵੀ ਆਪਣੇ ਆਪ ਨੂੰ ਬੜੀ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਇੱਕ ਐਵੇਂ ਦੀ ਪ੍ਰੋਗਰੈਸਿਵ ਫੈਮਿਲੀ ਵਿੱਚ ਪੈਦਾ ਹੋਈ ਜਿੱਥੇ ਮੈਨੂੰ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਨਹੀਂ ਕਰਨਾ ਪਿਆ। ਬਹੁਤ ਹੀ ਲਾਡ ਪਿਆਰ ਨਾਲ ਮੈਨੂੰ ਰੱਖਿਆ ਗਿਆ ਪਰ ਉਸ ਲਾਡ ਪਿਆਰ ਦੇ ਨਾਲ ਨਾਲ ਮੈਨੂੰ ਦੁਨੀਆ 'ਚ ਲੜਨਾ ਕਿਵੇਂ ਹੈ, ਅੱਗੇ ਵਧਣਾ ਕਿਵੇਂ, ਉਹ ਵੀ ਸਿਖਾਇਆ ਗਿਆ। ਸੋ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਨਸੀਬ ਸਮਝਦੀ ਹਾਂ ਕਿ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਮਾਂ ਬਾਪ ਜਾਂ ਜੋ ਦਾਦਾ ਦਾਦੀ ਹੈ, ਨਾਨਾ ਨਾਨੀ ਹੈ, ਉਹਨਾਂ ਦੇ ਘਰ ਮੈਂ ਪੈਦਾ ਹੋਈ।